ਸ਼ਹੀਦ ਬਾਬਾ ਦੀਪ ਸਿੰਘ ਜੀ ਦੇ 337ਵੇਂ ਜਨਮ ਅਵਸਰ ਨੂੰ ਸਮਰਪਿਤ ਇੱਕ ਵਿਸ਼ਾਲ ਅਲੌਕਿਕ ਨਗਰ ਕੀਰਤਨ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋ ਕੇ ਇਹ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿੱਚ ਸੰਪੰਨ ਹੋਇਆ। ਇਸ ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਸ਼ਰਧਾਲੂਆਂ ਨੇ ਜਗ੍ਹਾ ਜਗ੍ਹਾ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਤੇ ਬੋਲਦਿਆਂ IGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, ਦੇਖੋ ਡਾਂਗ ਮਾਰਾ ਦਾ ਜਿਹੜਾ ਕੋਰਟ ਚੱਲ ਰਿਹਾ ਕੇਸ ਹਾਈ ਕੋਰਟ 'ਚ ਹੈਗਾ ਉੱਥੇ, ਅਤੇ ਉੱਥੇ ਅਸੀਂ ਆਪਣੇ ਵਕੀਲ ਵੀ ਕੀਤੇ ਹੋਏ ਨੇ। ਉਹ ਕਾਨੂੰਨੀ ਜਿਹੜੀ ਪ੍ਰਕਿਰਿਆ ਸ਼ੁਰੂ ਹੈ ਸਾਡੀ, ਉਹਦੀ ਲੜਾਈ ਕਾਨੂੰਨੀ ਲੜ ਰਹੇ, ਅਤੇ ਇਸੇ ਤਰ੍ਹਾਂ ਹੀ ਗਿਆਨ ਕੁਦਰਤੀ ਵਾਲਾ ਉੱਥੇ ਵੀ ਸਰਕਾਰ ਤੱਕ ਪਹੁੰਚ ਕੁਛ ਯਤਨ ਕਰ ਰਹੇ ਹਾਂ ਕਿ ਉਹ ਵੀ ਕੋਈ ਮਸਲਾ ਹੱਲ ਹੋਵੇ। ਪਿਛਲੇ ਦਿਨਾਂ ਦੇ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਇੱਥੇ ਅੰਮ੍ਰਿਤਸਰ ਆਏ ਸੀਗੇ, ਅਸੀਂ ਉਹਨਾਂ ਦੇ ਕੋਲ ਆਪਣਾ ਪੱਖ ਵੀ ਚੰਗੀ ਤਰ੍ਹਾਂ ਪੇਸ਼ ਨਹੀਂ ਕਰ ਸਕੇ, ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ? ਮੈਂ ਉਦੋਂ ਇੱਥੇ ਹੈ ਨਹੀਂ ਸੀ, ਮੈਂ ਤਾਂ ਬਾਹਰ ਸੀ, ਬਾਹਰ ਸਟੇਟ ਗਏ ਹੋਏ ਸੀ ਅਸੀਂ, ਅਤੇ ਕੋਈ ਨਾ ਹੁਣ ਅਸੀਂ ਜਾਵਾਂਗੇ ਉੱਥੋਂ ਦਾ ਇੱਕ ਵਫਦ ਲੈ ਕੇ ਉਹਨੂੰ ਮਿਲਾਂਗੇ, ਜਾ ਕੇ ਸਾਰਾ ਉਹਨੂੰ ਲਿਖਤੀ ਵੀ ਦੇ ਕੇ ਆਵਾਂਗੇ। ਇਹ ਜਿਹੜਾ ਤੁਸੀਂ ਅੱਜ 1984 ਦੇ ਜਿਹੜੇ ਪੀੜਿਤ ਹੈਗੇ ਸੀਗੇ, ਇਹਨਾਂ ਨੂੰ ਇਨਸਾਫ, ਜਿਨ੍ਹਾਂ ਨੇ ਇਨਸਾਫ ਦੀ ਲੜਾਈ ਲੜੀ ਹੈ, ਉਹਨਾਂ ਦਾ ਸਨਮਾਨ ਕੀਤਾ, ਇਹਦੇ ਬਾਰੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ? ਮੈਂ ਸਮਝਦਾ ਕਿ ਇਹ ਬਹੁਤ ਹੀ ਬਹਾਦਰ ਸੀ, ਜਿਹੜੇ ਦਵਾਈਆਂ ਜਿਨ੍ਹਾਂ ਨੇ ਦਿੱਤੀਆਂ, ਇਹਨਾਂ 'ਤੇ ਬੜਾ ਪ੍ਰੈਸ਼ਰ ਵੀ ਪਿਆ, ਲਾਲਚ ਵੀ ਆਏ। ਦੇਖੋ ਬੜੇ ਦੁਖੀ ਸੀ, ਜਿਨ੍ਹਾਂ ਦੇ ਸਾਰੇ ਪਰਿਵਾਰ ਮਾਰੇ ਗਏ, ਔਰ ਇਹਨਾਂ ਨੇ ਬੜੀ ਦਲੇਰੀ ਨਾਲ, ਬੜੀ ਦ੍ਰਿੜਤਾ ਨਾਲ ਜਿਹੜੀਆਂ ਨੇ ਗਵਾਹੀਆਂ ਦਿੱਤੀਆਂ, ਕਰਕੇ ਸੱਜਣ ਕੁਮਾਰ ਨੂੰ ਉਮਰ ਕੈਦ ਹੋਈ ਹੈ, ਅਤੇ ਤਿੰਨ ਹੋਰ ਜਿਹੜੇ ਦੋਸ਼ੀ ਉਹਨਾਂ ਨੂੰ ਉਮਰ ਕੈਦ ਹੋਈ ਹੈ, ਇੱਕ ਨੂੰ ਫਾਂਸੀ ਹੋਈ ਹੈ। ਮੈਂ ਸਮਝਦਾ ਕਿ ਇਹਨਾਂ ਦੀ ਬਹੁਤ ਵੱਡੀ ਬਹਾਦਰੀ ਸੀ, ਇਹਨਾਂ ਦੀ ਇਸ ਬਹਾਦਰੀ ਕਰਕੇ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਇਹਨਾਂ ਦਾ ਮਾਣ ਸਨਮਾਨ ਕੀਤਾ ਗਿਆ ਹੈ। ਅਗਲੇ ਸਮੇਂ ਦੇ ਵਿੱਚ ਜਿਹੜੇ ਬਾਕੀ ਕੇਸ ਲਟਕਦੇ ਪਏ ਨੇ, ਜਿਨ੍ਹਾਂ ਵਿੱਚ ਜਗਦੀਸ਼ ਟਾਈਟਲਰ ਹੈ ਜਾਂ ਹੋਰ ਹੈ, ਇਹਨਾਂ ਦੇ ਬਾਰੇ ਵਿੱਚ ਕੀ ਫੈਸਲਾ? ਤਾਂ ਕਿ ਮੈਂ ਸਮਝਦਾ ਕਿ ਜਿਹੜੇ ਜਗਦੀਸ਼ ਟਾਈਟਲਰ ਹੈ, ਕਮਲਨਾਥ ਹੈ ਜੀ, ਉਹਨਾਂ ਦੇ ਵੀ ਜਿਹੜੇ ਗਵਾਹ ਨੇ ਜਾਂ ਹੋਰ ਨੇ, ਉਹ ਵੀ ਇਹਨਾਂ ਇਹ ਬਹਾਦਰੀ ਨਾਲ ਦੋ ਹੋਰ ਕੇਸ ਦੇ ਵਿੱਚ ਜਿਹੜਾ ਹੈ ਗਵਾਹੀਆਂ ਦੇਣਗੇ। ਸਰਕਾਰ ਨੂੰ ਵੀ ਚਾਹੀਦਾ ਕਿ ਜਿਵੇਂ ਇਹਨਾਂ ਨੂੰ ਸਜ਼ਾ ਮਿਲੀ ਹੈ, ਉਹਨਾਂ ਨੂੰ ਵੀ ਜ਼ਰੂਰ ਮਿਲਣੀ ਚਾਹੀਦੀ ਹੈ। ਪ੍ਰਧਾਨ ਜੀ, ਰਾਜੀਵ ਗਾਂਧੀ ਕੋਲੋਂ ਭਾਰਤ ਰਤਨ ਵਾਪਸ ਲੈਣ ਦੀ ਇੱਕ ਮੰਗ ਉੱਠ ਰਹੀ ਹੈ, ਤੁਸੀਂ ਇਹਦੇ ਬਾਰੇ ਵਿੱਚ ਕੀ? ਜਿਹੜਾ ਰਾਜੀਵ ਗਾਂਧੀ ਹੈ, ਉਹ ਸਿੱਖ ਕਤਲੇਆਮ ਦਾ, ਨਸਲ ਸਿੱਖ ਨਸਲਕੁਸ਼ੀ ਦਾ ਦੋਸ਼ੀ ਹੈ, ਮੁੱਖ ਦੋਸ਼ੀ ਹੈ ਉਹ, ਕਿਉਂਕਿ ਉਹਦੇ ਇਸ਼ਾਰੇ 'ਤੇ ਸਾਰਾ ਇਹ ਕਤਨਾਮੇ ਹੋਇਆ, ਅਤੇ ਉਹਨੇ ਆਪ ਸਾਰੀਆਂ ਡਿਊਟੀਆਂ ਵੱਡੇ ਜਿਹੜੇ ਇਹਨਾਂ ਲੀਡਰਾਂ ਦੀਆਂ ਲਾਈਆਂ ਗਈਆਂ, ਉਹਨੇ ਵੱਲੋਂ ਪੂਰਾ ਯੋਜਨਾਬੱਧ ਤਰੀਕੇ ਦੇ ਨਾਲ ਸਾਰਾ ਇਹ ਕਤਲਾਮ ਹੋਇਆ, ਇਸ ਕਰਕੇ ਉਹ ਇਸ ਦੋਸ਼ ਤੋਂ ਬਚ ਨਹੀਂ ਸਕਦਾ। ਸੋ ਮੈਂ ਬੜੇ ਅਫਸੋਸ ਦੀ ਗੱਲ ਹੈ ਕਿ ਐਸੇ ਕਤਲ ਦਾ ਜਿਹੜਾ ਮੁੱਖ ਦੋਸ਼ੀ ਹੋਵੇ, ਜਿਹਨੇ ਸਾਰਾ ਕੁਝ ਕਰਾਇਆ ਹੋਵੇ, ਉਹਨੂੰ ਭਾਰਤ ਰਤਨ ਦਿੱਤਾ ਜਾਵੇ। ਇਹ ਸਿੱਖਾਂ ਦੇ ਲਈ ਬਹੁਤ ਹੀ ਨਮੋਸ਼ੀ ਦੀ ਗੱਲ ਹੈ। ਅਸੀਂ ਵੀ ਮੰਗ ਕਰਦੇ ਹਾਂ ਕਿ ਭਾਰਤ ਰਤਨ ਜਿਹੜਾ ਹੈ ਉਹਨਾਂ ਤੋਂ ਵਾਪਸ ਲਿਆ ਜਾਵੇ, ਤਾਂ ਕਿ ਸਿੱਖ ਹਿਰਦੇ ਸ਼ਾਂਤ ਹੋਣ।